ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਾਂ ਤੁਹਾਡੀ ਹੋਸਟ ਤੇ ਦੋਸਤ ਐਂਕਰ ਨਵੀ। ਸੋ ਅੱਜ ਅਸੀਂ ਇੱਥੇ ਆਏ ਹਾਂ 9 to 9 ਐਂਟਰਟੇਨਮੈਂਟਸ ਪ੍ਰੈਜ਼ੈਂਟਸ ਮਿਸਿਸ ਪੰਜਾਬ 2021 ਸੀਜ਼ਨ 7 ਐਂਡ ਅੱਜ ਦੀਆਂ ਸਾਡੀਆਂ ਇੱਥੇ ਆਡੀਸ਼ਨਸ ਨੇ ਪਟਿਆਲਾ ਦੇ ਵਿੱਚ। ਸੋ ਅੱਜ ਅਸੀਂ ਇੱਥੇ ਸ਼ੁਰੂ ਕਰਨਾ ਹੈ ਮਿਸ ਪਟਿਆਲਾ ਦੇ ਲਈ ਆਡੀਸ਼ਨਸ। ਇੱਥੋਂ ਮਿਸ ਪਟਿਆਲਾ ਦੇ ਬਣਨ ਲਈ ਲੋਕ ਅੰਬਾਲਾ ਤੋਂ, ਪਟਿਆਲੇ ਤੋਂ, ਅੰਮ੍ਰਿਤਸਰ ਤੋਂ, ਲੁਧਿਆਣੇ ਤੋਂ, ਕਾਫੀ ਜਗ੍ਹਾ ਤੋਂ ਆਏ ਨੇ। ਸੋ ਮੈਂ ਤੈਅ ਦਿਲ ਨਾਲ ਪਰਮਿੰਦਰ ਜੋ ਕਿ ਇਹਨਾਂ ਦੇ ਡਾਇਰੈਕਟਰ ਨੇ, ਉਹਨਾਂ ਦਾ ਬਹੁਤ ਧੰਨਵਾਦ ਕਰਾਂਗੀ ਕਿ ਉਹਨਾਂ ਨੇ ਉਪਰਾਲਾ ਕੀਤਾ। ਬਹੁਤ ਸਾਰੀ ਖੂਬਸੂਰਤ ਮੁਟਿਆਰਾਂ ਪੂਰੀ ਪੰਜਾਬੀ ਡਰੈਸ ਦੇ ਵਿੱਚ ਤਿਆਰ ਹੋ ਕੇ ਆਈਆਂ ਨੇ। ਸੋ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਨੇ ਮੁਟਿਆਰਾਂ। ਅਸੀਂ ਥੋੜ੍ਹੀ ਹੀ ਦੇਰ ਬਾਅਦ ਇਹ ਫੰਕਸ਼ਨ ਸ਼ੁਰੂ ਕਰਨ ਚੱਲੇ ਹਾਂ। ਸੋ ਲੈਟ ਮੀ ਆਸਕ ਦੈਮ, ਤੁਹਾਡਾ ਸ਼ੁਭ ਨਾਮ? ਮੇਰਾ ਨਾਮ ਕਰਨਪ੍ਰੀਤ ਕੌਰ ਹੈ। ਅੱਛਾ ਕਰਨਪ੍ਰੀਤ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਰਾਜਪੁਰਾ ਤੋਂ ਬੋਲ ਰਹੀ ਹਾਂ। ਰਾਜਪੁਰਾ ਤੋਂ ਆਏ ਹੋ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਅੱਜ? ਜਿਵੇਂ ਕਰੋਨਾ ਤੋਂ ਬਾਅਦ ਇਹ ਫੰਕਸ਼ਨ ਸਟਾਰਟ ਹੋਏ ਨੇ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਹਾਂਜੀ ਮੈਮ, ਕਰੋਨਾ ਕਰਕੇ ਹੈ ਨਾ, ਸਾਰਿਆਂ ਨੂੰ ਪਤਾ ਕਿ ਲਾਈਫ ਇੱਕ ਤਰ੍ਹਾਂ ਨਾਲ ਸਟੋਪ ਜੀ ਹੋ ਗਈ ਸੀ। ਬਟ ਹੁਣ ਇਹ ਨਵਾਂ ਇਨੀਸ਼ੀਏਟਿਵ ਜੋ ਸਟਾਰਟ ਕੀਤਾ ਗਿਆ 9 to 9 ਇੰਟਰਟੇਨਮੈਂਟ ਵੱਲੋਂ, ਤਾਂ ਇਹਦੇ ਨਾਲ ਆ ਕੇ ਸਾਨੂੰ ਖੁਦ ਨੂੰ ਵਧੀਆ ਲੱਗ ਰਿਹਾ, ਆਪਣੇ ਆਪ ਨੂੰ ਪ੍ਰੈਜੈਂਟੇਬਲ ਵਧੀਆ ਫੀਲ ਕਰ ਰਹੇ ਹਾਂ ਅਸੀਂ ਕਿ ਅਸੀਂ ਆਪਣੇ ਪੰਜਾਬੀ ਕਲਚਰ ਨੂੰ ਅੱਗੇ ਪ੍ਰਮੋਟ ਕਰਨ ਦੇ ਲਈ ਜਾ ਰਹੇ ਹਾਂ। ਓਕੇ, ਥੈਂਕ ਯੂ। ਥੈਂਕ ਯੂ ਜੀ। ਜਿਵੇਂ ਕਿ ਮੈਮ ਨੇ ਦੱਸਿਆ ਕਿ ਪੰਜਾਬੀ ਕਲਚਰ ਨੂੰ ਪ੍ਰਮੋਟ ਹੋਣਾ ਹੈ, ਵਾਕਿਆ 9 to 9 ਐਂਟਰਟੇਨਮੈਂਟਸ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣੀਆਂ ਮੁਟਿਆਰਾਂ ਸਾਰੇ ਪੂਰੇ ਪੰਜਾਬੀ ਪਹਿਰਾਵੇ ਦੇ ਵਿੱਚ ਇੱਥੇ ਆਈਆਂ ਨੇ। ਸੋ ਥੈਂਕ ਯੂ 9 to 9 ਐਂਟਰਟੇਨਮੈਂਟਸ ਵਾਂਸ ਅਗੇਨ।